वधेरे जानकारी लिए संपर्क करो गौरव गर्ग शेरपुर, मोबाइल 94 170 36 301 98 141 36 301 94 170 36 301 98 141 36 301। बरनाला जिले की प्रसिद्ध विद्यक संस्था गोविंद इंटरनेशनल पब्लिक स्कूल भदौड़ का सालाना एथलैटिक मीट समागम होया। चेयरमैन सरदार दर्शन सिंह गोविंद बाडी बिल्डर वाले और प्रिंसीपल श्री जैसन जोश की देखरेख हेठ हुए समारोह मौके बच्चों के रेस मुकाबले और जैवलिन थ्रो के मुकाबले भी करवाए गए, जिन्हों का बच्चों और उन्होंने मापिया ने खूब आनंद माणिया। समारोह विच अचेचे तौर ते पुजे SHO सरदार सुरिंदरपाल सिंह जी ने कहा कि विद्या दे खेतर विच गोविंद स्कूल दा बड़मुल्ला योगदान है। भदौड़ विखे गोविंद इंटरनेशनल पब्लिक स्कूल वालों अपनी सनाला एनुअल स्पोर्ट्स मीट कराई गई है, जिहड़ा कि स्कूल वालों एक बहुत वधिया उपराला। इस नाल बच्चों का जिहड़ा विनिंग ते जितना एक आदत बन जाती है, उस नाल जिहड़ा बच्चा दोनों पासे कामयाब हुंदा, पढ़ाई वाले पासे भी ते अपने स्पोर्ट्स वाले पासे भी, ते जीवन च भी उन्हूं जिहड़ा एक चंगा इंसान बनन च स्पोर्ट्स बहुत मदद करदी है, क्योंकि स्पोर्ट्स नाल बंदे दे परसनैलिटी च बड़ा फर्क पैंदा। वो चाहुंदा भी मैं जित्तां, हर एक थां चाहुंदा भी मैं जित के अपनी जिहड़ी शान शौकत वधिया बनावां। इस तरह साडे बड़े खिडारी पैदा होए ने जिहड़े छोटी उम्रों जदों असीं स्पोर्ट्स वाल उन्हां नूं लाउने आ तां नाल स्पोर्ट्स दे नाल नाल पढ़ाई विच भी बहुत मल्ला मारदे ने। ये अज जिहड़ा गोविंद इंटरनेशनल स्कूल वालों एनुअल स्पोर्ट्स पब्लिक मीट कराई गई है, एक बहुत वधिया उपराला ते नौजवान ते बच्चों नूं चंगी सेध लई बहुत वधिया उपराला किया गया। बच्चों वालों की गई परेड की सफलतापूर्वक पेशकारी काफ़ी खिच का केंद्र बनी। बच्चों के मापिया के विचकार करवाए गए वख-वख मुकाबलों का नज़ारा देखदिया ही बनता सी।
ਚੇਅਰਮੈਨ ਸਰਦਾਰ ਦਰਸ਼ਨ ਸਿੰਘ ਗੋਬਿੰਦ ਬਾਡੀ ਬਿਲਡਰਜ਼ ਅਤੇ ਸਰਦਾਰ ਜੋਗਿੰਦਰ ਸਿੰਘ MD ਗੋਬਿੰਦ ਫਿਲਿੰਗ ਸਟੇਸ਼ਨ ਨੇ ਆਪਣੇ ਵਿਚਾਰ ਗੌਰਵਗੜ੍ਹ ਸ਼ੇਰਪੁਰ ਨਾਲ ਸਾਂਝੇ ਕੀਤੇ। ਜਿਹੜੇ ਐਜੂਕੇਸ਼ਨ ਦੇ ਨਾਲ ਨਾਲ ਖੇਡਾਂ ਦਾ ਵੀ ਜ਼ਰੂਰੀ ਹੈ, ਖੇਡਾਂ ਇਸ ਕਰਕੇ ਜ਼ਰੂਰੀ ਹੈ ਵੀ ਬੱਚੇ ਦਾ ਦਿਮਾਗ ਐਕਟਿਵ ਹੁੰਦਾ, ਐਕਟੀਵਿਟੀ ਨਾਲ ਹਰ ਐਜੂਕੇਸ਼ਨ ਦੇ ਨਾਲ ਇਹ ਵੀ ਇੱਕ ਐਜੂਕੇਸ਼ਨ ਹੈ। ਅਤੇ ਇਹਦੇ ਵਾਸਤੇ ਤਾਂ ਮੈਂ ਇਹੀ ਕਹਾਂਗਾ ਵੀ ਹਰੇਕ ਪੇਰੈਂਟਸ ਘਰ ਵੀ ਔਰ ਸਾਡੇ ਇੱਥੋਂ ਸਕੂਲ ਟਾਈਮ ਤੋਂ ਬਾਅਦ ਵੀ ਹੁਣ ਇਸ ਤੋਂ ਅੱਗੇ ਸਾਡਾ ਇਹ ਜਿਹੜਾ ਸਟੇਡੀਅਮ ਜਿਹੜਾ ਨਵਾਂ ਬਣਿਆ ਉਹ ਸਾਰੇ ਪੇਰੈਂਟਸਾਂ ਵਾਸਤੇ ਖੁੱਲ੍ਹਾ ਹੈ, ਜਦੋਂ ਮਰਜ਼ੀ ਆਪਣੇ ਬੱਚਿਆਂ ਨੂੰ ਆਪ ਖੁਦ ਆ ਕੇ ਜਦੋਂ ਮਰਜ਼ੀ ਇੱਥੇ ਸੈਰ ਕਰ ਸਕਦੇ ਆ, ਜਦੋਂ ਮਰਜ਼ੀ ਖੇਡ ਸਕਦੇ ਆ। ਮੈਂ ਸਾਰਿਆਂ ਵਾਸਤੇ ਹੀ ਇਹ ਮੈਸੇਜ ਦੇਣਾ ਚਾਹੁੰਦਾ ਵੀ ਹਰੇਕ ਬੱਚੇ ਨੂੰ, ਹਰੇਕ ਸਕੂਲ ਦੇ ਬੱਚੇ ਨੂੰ ਇਹ ਖੇਡਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ, ਉਹਦੇ ਨਾਲ ਹੀ ਸਰੀਰਕ ਦੀ ਡਿਵੈਲਪਮੈਂਟ ਹੁੰਦੀ ਹੈ, ਉਹਦੇ ਨਾਲ ਹੀ ਐਜੂਕੇਸ਼ਨ ਦੀ ਡਿਵੈਲਪਮੈਂਟ ਹੁੰਦੀ ਹੈ। ਮੈਂ ਆਪਣੇ ਸਕੂਲ ਦੀਆਂ ਖੇਡਾਂ ਪ੍ਰਤੀ ਮੈਂ ਬੱਚਿਆਂ ਦੇ ਮਾਪਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਆਪਦੇ ਬੱਚਿਆਂ ਨੂੰ ਐਡੇ ਵਧੀਆ ਸਕੂਲ ਦੇ ਵਿੱਚ ਪਾ ਕੇ ਉਹਨਾਂ ਦਾ ਭਵਿੱਖ ਵਧੀਆ ਬਣਾਇਆ ਅਤੇ ਬੱਚਿਆਂ ਨੂੰ ਅੱਗੇ ਵਾਸਤੇ ਵੀ ਵਧੀਆ ਤਰੱਕੀਆਂ ਦੇ ਨਾਲ ਉਹ ਪੁਜ਼ੀਸ਼ਨਾਂ ਲੈ ਰਹੇ ਨੇ ਅਤੇ ਜਿੰਨੇ ਵੀ ਬੱਚੇ ਐਤਕੀ ਪਲੱਸ ਟੂ ਦੇ ਵਿੱਚੋਂ ਨਿਕਲੇ ਨੇ ਉਹ ਸਾਰੇ ਦੇ ਸਾਰੇ ਕੈਨੇਡਾ ਚਲੇ ਗਏ ਨੇ ਅਤੇ ਮੈਂ ਇਸ ਗੱਲ ਕਰਕੇ ਵੀ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਅਤੇ ਮੈਂ ਅੱਗੇ ਸਕੂਲ ਦੇ ਸਟਾਫ ਨੂੰ ਵੀ ਸਾਰੇ ਨੂੰ ਵੀ ਮੈਂ ਇਸ ਗੁਰਡਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਵੀ ਐਡੇ ਵਧੀਆ ਮਿਹਨਤ ਕਰਕੇ ਬੱਚਿਆਂ ਨੂੰ ਬਹੁਤ ਟੌਪ 'ਤੇ ਲਿਜਾ ਰਹੇ ਹੈ ਅਤੇ ਇਲਾਕੇ ਦਾ ਨਾਂ ਰੋਸ਼ਨ ਕਰ ਰਹੇ ਹੈ। ਬੱਚਿਆਂ ਵੱਲੋਂ ਸਮਾਜ ਵੱਧ ਰਹੀ ਭਰੂਣ ਹੱਤਿਆ ਨੂੰ ਰੋਕਣ ਲਈ ਇੱਕ ਨਾਟਕ ਵੀ ਖੇਡਿਆ ਗਿਆ ਜਿਨ੍ਹਾਂ ਨੂੰ ਸਾਰੇ ਮਹਿਮਾਨਾਂ ਨੇ ਖੂਬ ਸਲਾਹਿਆ। ਬੱਚਿਆਂ ਅਤੇ ਬੱਚੀਆਂ ਵੱਲੋਂ ਪੇਸ਼ ਕੀਤੀ ਗਈ ਭੰਗੜਾ ਆਈਟਮ ਦੇਖਣ ਯੋਗ ਸੀ। ਪੁੱਜੀਆਂ ਸ਼ਖਸੀਅਤਾਂ ਅਤੇ ਪੜ੍ਹਾਈ ਵਿੱਚ ਅੱਬਰ ਰਹੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸਾਡੇ ਰਿਪੋਰਟਰ ਗੌਰਵ ਗਰਗ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਸ਼੍ਰੀ ਜੈਸਨ ਜੋਸ਼ ਨੇ ਸਾਰਿਆਂ ਦਾ ਧੰਨਵਾਦ ਕੀਤਾ। ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਹਰੇਕ ਸਾਲ ਬੱਚੇ ਕੇ ਸੰਪੂਰਨ ਵਿਕਾਸ ਕੇ ਲਈ ਸਪੋਰਟਸ ਮੀਟ ਕਰਵਾਤਾ ਹੈ। ਇਹ 2016-17 ਕਾ ਐਨੂਅਲ ਸਪੋਰਟਸ ਮੀਟ ਦੇ 3 ਦਿਨ ਕਾ। ਪਹਿਲਾ ਦਿਨ ਆਪਣਾ ਬਰਨਾਲਾ ਡਿਸਟ੍ਰਿਕਟ ਦੇ ਡੀਓ ਸਾਹਿਬ SS ਤੂਰ ਸਾਹਿਬ ਨੇ ਇਨਾਗੁਰੇਟ ਕੀਆ। ਉਹ ਦਿਨ ਨਰਸਰੀ KG LKG UKG ਫਸਟ ਸੈਕਿੰਡ ਕਲਾਸ ਕਾ ਬੱਚੋਂ ਕਾ ਔਰ ਉਸਕਾ ਮਾਂ ਬਾਪ ਕੇ ਲਈ ਕੋਂਪੀਟੀਸ਼ਨ ਕਰਵਾਇਆ। ਕੱਲ ਥਰਡ ਸੇ ਲੈ ਕੇ ਫਿਫਥ ਕਲਾਸ ਤੱਕ ਬੱਚੋਂ ਕਾ ਕੋਂਪੀਟੀਸ਼ਨ ਕਰਵਾਇਆ। ਅੱਜ ਸਿਕਸਥ ਸੇ ਲੈ ਕੇ ਪਲੱਸ ਟੂ ਤੱਕ ਬੱਚੋਂ ਕਾ ਕੋਂਪੀਟੀਸ਼ਨ ਕਰਵਾ ਰਹੀ ਹੈ। ਲੜਕੋਂ ਕੇ ਲਈ, ਲੜਕੀਓਂ ਕੇ ਲਈ ਅਲੱਗ ਅਲੱਗ ਏਜ ਕੇ ਹਿਸਾਬ ਸੇ ਔਰ ਉਸਕਾ ਮਾਂ ਬਾਪ ਕੇ ਲਈ ਵੀ ਇਹ ਕੋਂਪੀਟੀਸ਼ਨ ਇਸ ਲਈ ਕਰਵਾ ਰਹੀ ਹੈ। ਅੱਜ ਕੱਲ੍ਹ ਬੱਚੇ ਕਾ ਐਨਰਜੀ ਦੂਸਰੇ ਜਗ੍ਹਾ ਮੇ ਕਨਵਰਟ ਹੋ ਰਹੀ ਹੈ। ਉਹ ਬੱਚੇ ਸਪੋਰਟਸ ਮੈਨ ਕਨਵਰਟ ਕੀਏ ਤੋ ਬੱਚੇ ਕਾ ਕੋਨਸਨਟ੍ਰੇਸ਼ਨ ਔਰ ਪੜ੍ਹਨੇ ਕਾ ਤਰੀਕਾ ਔਰ ਪੜ੍ਹਨੇ ਕਾ ਕਾਬਲੀਅਤ ਬੜ ਜਾਏਗਾ। ਦੂਸਰੀ ਬਾਤ ਪਰਸਨੈਲਿਟੀ ਡਿਵੈਲਪਮੈਂਟ ਕੇ ਪਾਰਟ ਹੈ ਇਹ ਸਪੋਰਟਸ ਮੀਟ। ਬੱਚੇ ਸਪੋਰਟਸ ਮੀਟ ਮੇ ਇੱਕ ਆਈਟਮ ਮੇ ਪਾਰਟੀਸਪੇਟ ਕਰਨੇ ਕਾ ਟਾਈਮ ਉਹ ਕੋਪਰੇਟ ਕਰਨੇ ਕੇ ਲੀਏ ਇੱਕ ਸਪੋਰਟਸਮੈਨ ਸਪਿਰਿਟ ਵੀ ਬੜੂਗਾ ਔਰ ਦੂਸਰੋ ਕੇ ਸਾਥ ਸਾਥ ਦੇਣੇ ਕੇ ਲੀਏ ਕੋਪਰੇਸ਼ਨ ਕੇ ਲੀਏ ਔਰ ਸਹਾਇਤਾ ਕਰਨੇ ਕੇ ਲੀਏ ਸਾਰੇ ਸਿੱਖੂਗਾ। ਉਹ ਅੱਛਾ ਕੁਆਲਿਟੀਜ਼ ਡਿਵੈਲਪਮੈਂਟ ਕਰਨੇ ਕੇ ਲੀਏ ਹਮਨੇ ਇਹ ਸਪੋਰਟਸ ਮੀਟ ਕਰਵਾ ਰਹੀ ਹੈ।